ਤੁਸੀਂ ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਪ੍ਰਵਾਸੀ ਦੇ ਨਾਲ 9:30 AM ਤੇ ਮੰਡੇ ਟੂ ਫਰਡੇ 10 ਤੋਂ 12 ਤੁਹਾਡੇ ਲਈ ਅਸੀਂ ਪ੍ਰਵਾਸੀ ਰੇਡੀਓ ਕਰਦੇ ਹਾਂ ਪੇਸ਼ ਤੇ ਦਿੰਦੇ ਹਾਂ ਦੁਨੀਆ ਪਰ ਦੀ ਬਿਹਤਰੀਨ ਜਾਣਕਾਰੀ ਔਰ ਮੈਨੂੰ ਖੁਸ਼ੀ ਹੈ ਕਿ ਬੜੇ ਸੁਲਝੇ ਹੋਏ ਲੋਕ ਨਾ ਸਿਰਫ ਪ੍ਰੋਗਰਾਮ ਨੂੰ ਸੁਣਦੇ ਹੈ ਬਲਕਿ ਇਸ ਪ੍ਰੋਗਰਾਮ ਚ ਹਿੱਸਾ ਵੀ ਪਾਉਂਦੇ ਹੈ ਮੇਰੇ ਨਾਲ ਜ਼ਹਿਰਾ ਸਾਹਿਬ ਲਾਈਨ ਤੇ ਆ ਗਏ ਨੇ ਇੱਕ ਬੜੀ ਅਹਿਮ ਜਾਣਕਾਰੀ ਉਹ ਵੀ ਦੇਣਗੇ ਪਰ ਉਸ ਤੋਂ ਪਹਿਲਾਂ ਆਓ ਤੁਹਾਨੂੰ ਜਾਣਕਾਰੀ ਦਈਏ ਇੱਕ ਲਿਸਟ ਰਿਲੀਜ਼ ਹੋਈ ਹੈ ਹਰ ਸਾਲ ਇਹ ਲਿਸਟ ਰਿਲੀਜ਼ ਹੁੰਦੀ ਹੈ ਕਿ ਦੁਨੀਆ ਦੇ ਕਿਹੜੇ ਉਹ ਮੁਲਕ ਨੇ ਜਿਨ੍ਹਾਂ ਦਾ ਪਾਸਪੋਰਟ ਸਭ ਤੋਂ ਜ਼ਿਆਦਾ ਵਧ ਐਕਸੈਪਟੇਬਲ ਹੈ ਪਾਵਰਫੁਲ ਹੈ ਜਾਪਾਨ ਤੇ ਸਿੰਗਾਪੁਰ ਲਗਾਤਾਰ ਪਿਛਲੇ 5 ਸਾਲ ਤੋਂ ਨੰਬਰ 1 ਚਲਦੇ ਆ ਰਹੇ ਸੀ ਪਰ ਹੁਣ ਨਾਲ ਦੀ ਨਾਲ ਹੀ ਸ਼ਾਮਿਲ ਹੋ ਗਏ ਨੇ ਇਹਦੇ ਵਿੱਚ ਜਰਮਨੀ ਤੇ ਫਰਾਂਸ ਵੀ ਇਟਲੀ ਵੀ ਤੇ ਸਪੇਨ ਵੀ ਇਹ ਉਹ ਪੰਜ ਮੁਲਕ ਨੇ ਜਿਹੜੇ ਇਸ ਵੇਲੇ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਪਾਵਰਫੁਲ ਪਾਸਪੋਰਟ ਰੱਖਦੇ ਆ। ਨੰਬਰ 2 ਤੇ ਫਿਰ ਆ ਗਿਆ ਹੈ ਫਿਨਲੈਂਡ, ਸਾਊਥ ਕੋਰੀਆ ਤੇ ਸਵੀਡਨ ਦਾ ਪਾਸਪੋਰਟ। ਜਿੱਥੇ ਜਾਪਾਨ, ਸਿੰਗਾਪੁਰ, ਫਰਾਂਸ, ਜਰਮਨੀ ਦੇ ਪਾਸਪੋਰਟ 194 ਮੁਲਕਾਂ 'ਚ ਐਕਸੈਪਟੇਬਲ ਨਾ ਹੈ, ਬਿਨਾ ਵੀਜ਼ੇ ਤੋਂ ਜਾ ਸਕਦੇ ਹੋ। ਉੱਥੇ ਫਿਨਲੈਂਡ, ਸਾਊਥ ਕੋਰੀਆ, ਸਵੀਡਨ 193 ਮੁਲਕਾਂ ਦੇ ਵਿੱਚ ਡੈਸਟੀਨੇਸ਼ਨ ਦੇ ਉੱਤੇ ਫਰਵਰੀ ਆਂਦੀ ਹੈ ਆਸਟ੍ਰੇਲੀਆ ਡੈਨਮਾਰਕ ਆਇਰਲੈਂਡ ਨੀਦਰਲੈਂਡ ਫਰਵਰੀ ਆਂਦੀ ਹੈ ਬੈਲਜੀਅਮ ਨਾਰਵੇ ਪੁਰਟੂਗਲ ਯੂਕੇ ਯੂਕੇ ਉਹ ਮੁਲਕ ਜਿੱਥੇ ਜਿਹੜਾ ਸਾਰੀ ਦੁਨੀਆ 'ਚ ਰਾਜ ਕਰਦਾ ਰਿਹਾ ਹੈ ਉਹ ਅੱਜ ਪਾਸਪੋਰਟ ਨੰਬਰ 4 ਤੇ ਹੈ ਨੰਬਰ 5 ਤੇ ਫਿਰ ਗ੍ਰੀਸ ਮਾਲਟਾ ਸਵਿਟਜ਼ਰਲੈਂਡ ਹੈ 190 ਕੰਟਰੀਆਂ ਚ ਫਿਰ ਵਾਰੀ ਆndi ਹੈ ਚੈਕ ਕੋ ਸਲਵਾਕੀਆ ਦੀ ਚੈਕ ਮਾਫ ਕਰਨਾ ਚੈਕ ਰਿਪਬਲਿਕ ਦੀ ਉਹਨ ਬਕੋ ਬਕਰੇ ਮੁਲਕ ਹੋ ਗਏ ਸਲਵਾਕੀਆ ਤੇ ਚੈਕ ਨਿਊਜ਼ੀਲੈਂਡ ਪੋਲੈਂਡ ਫਿਰ ਵਾਰੀ ਆndi ਹੈ ਕੈਨੇਡਾ ਤੇ ਅਮਰੀਕਾ ਦੀ ਸੋ ਅਮਰੀਕਾ ਔਰ ਕੈਨੇਡਾ ਦਾ ਪਾਸਪੋਰਟ ਜਿਹੜਾ ਹੈ ਉਹ ਬਿਲਕੁਲ ਬਰਾਬਰ ਹੈ 7ਵੇਂ ਨੰਬਰ ਤੇ 188 ਮੁਲਕਾਂ ਚ ਸਾਡਾ ਕੈਨੇਡੀਅਨ ਪਾਸਪੋਰਟ ਜਿਹੜਾ ਹੈ ਉਹ ਐਕਸੈਪਟੇਬਲ ਹੈ ਪਰ ਦਾ ਪਾਸਪੋਰਟ ਆਂਦਾ ਹੈ ਨੰਬਰ 100 ਮਾਫ ਕਰਨਾ ਨੰਬਰ 80 ਤੇ ਤੇ ਇਸੇ ਤਰ੍ਹਾਂ ਜੇ ਗੱਲ ਕਰੀਏ ਤੇ ਸਰੀਆ ਅਫਗਾਨਿਸਤਾਨ ਇਹ ਵਿਚਾਰੇ ਉਹ ਮੁਲਕ ਨੇ ਜਿਨ੍ਹਾਂ ਦੇ ਪਾਸਪੋਰਟ ਜਿਹੜੇ ਆ ਉਹ ਸਭ ਤੋਂ ਹੇਠਲੇ ਰੈਂਕਿੰਗ ਤੇ ਨੇ ਤਾਂ ਕੀ ਆਧਾਰ ਹੈ ਇਹਨਾਂ ਪਾਸਪੋਰਟਸ ਨੂੰ ਜਿਹੜਾ ਨੰਬਰ 1 ਨੰਬਰ 2 ਜਾਂ ਜਿਹੜੀ ਵੀ ਲਿਸਟ ਦਰਜਾ ਦਿੱਤਾ ਗਿਆ ਹੈ ਇਹਦੇ ਬਹੁਤ ਸਾਰੇ ਫੈਕਟਰਸ ਨੇ